ਸਤਿ ਸ਼੍ਰੀ ਅਕਾਲ ਮਿੱਤਰੋ, ਅੱਜ ਲਾਉਣ ਲੱਗੇ ਆਪਾਂ ਜੀ ਟਰੱਕ ਨੂੰ ਲਾਈਟਾਂ, ਅਤੇ ਆ ਜਾਓ ਫਿਰ ਤੁਹਾਨੂੰ ਦਿਖਾਉਂਦੇ ਕਿੱਦਾਂ ਕਿੱਦਾਂ ਕੀ ਕਰਦੇ ਹਾਂ। ਇੱਥੇ ਅੰਦਰ ਲਾਉਣੀ ਆਪਾਂ ਨੇ ਵਾਟਰਮੈਲਨ ਲਾਈਟਾਂ, ਗਲਾਸ ਲੈਂਸ ਆ, ਐੱਲ ਈ ਡੀ ਬਲਬ ਆ, ਅਤੇ ਵਾਟਰਮੈਲਨ ਜਿਹੜੇ ਹੈਗੇ ਆ ਉਹ ਪੜ੍ਹਾਈ ਪੜੂਈ ਲਈ ਨਹੀਂ ਠੀਕ ਹੈ, ਜਿੱਦਾਂ ਉਹ ਸਿਰਫ ਹੈਗੀਆਂ ਮਤਲਬ ਕਿ ਰਾਤ ਨੂੰ ਜਦੋਂ ਆਪਾਂ ਕਿਤੇ ਜਗਾਉਣੀਆਂ ਅਤੇ ਲਾਈਕ ਫੁੱਲ ਜਿਹਾ ਬਣ ਜਾਂਦਾ ਉਹਨਾਂ ਲਾਈਟਾਂ ਦਾ, ਅਤੇ ਉਹਦੇ ਨਾਲ ਫਿਰ ਉਹ ਫੁੱਲ ਜਿਹਾ ਬਣਿਆ ਕਰਕੇ ਸੋਹਣੀਆਂ ਲੱਗਦੀਆਂ। ਬਸ ਆਹ ਆ, ਅਤੇ ਉਹਦੇ ਲਈ ਆਪਾਂ ਨੂੰ ਜਿਹੜਾ ਆਹ ਉੱਪਰਲਾ ਜਗਾੜ ਜਿਹਾ ਖੋਲ੍ਹਣਾ ਪੈਣਾ ਆ, ਖੋਲ੍ਹ ਕੇ ਰੱਬ ਦਾ ਡੱਬਾ ਲਾ ਕਰੇ ਅਤੇ ਫਿਰ ਪਿੱਛੋਂ ਦੀ ਵਾਇਰਿੰਗ ਰਨ ਕਰਨੀ ਹੈ, ਉਹ ਕਲੀਨ ਜਾਬ ਕਰਨੀ ਆਪਾਂ ਨੇ। ਜਿਹੜੇ ਸਨਵਾਈਜ਼ਰ ਜਿਹਾ ਇਹ ਵੀ ਲਾ ਤੇ ਆਪਾਂ, ਅਤੇ ਸਨਵਾਈਜ਼ਰ ਜਿੱਥੇ ਆਪਾਂ ਲਿਆ ਕੇ ਫਿੱਟ ਕਰੀਦਾ ਹੁੰਦਾ ਉਹ ਵਾਲੇ ਦੇ ਥੱਲੇ ਜਿਹੜਾ ਸਕਰੂ ਜਿਹਾ ਉਹ ਖੋਲ੍ਹ ਕੇ ਫਿਰ ਬਾਹਰਲਾ ਜਗਾੜ ਜਿਹਾ ਖੁੱਲ੍ਹਦਾ। ਇੱਧਰ ਬਾਹਰ ਆਪਾਂ ਲਾਈਟਾਂ ਐਡ ਕਰ ਰਹੇ ਹਾਂ ਕੈਬ ਦੇ, ਮਗਰ ਲਾਈਟਾਂ ਇੱਥੇ ਪਾਉਣੀਆਂ ਹੈਗੀਆਂ ਡਿਊਲ ਰੈਵੋਲਿਊਸ਼ਨ ਟਰੱਕਸ ਵਾਲਿਆਂ ਦੀਆਂ, ਰੈੱਡ ਐਂਡ ਗ੍ਰੀਨ, ਅਤੇ ਵਾਇਰ ਰਨ ਕਰਕੇ ਡੈਸ਼ਬੋਰਡ 'ਤੇ ਆਪਾਂ ਨੇ ਜਾ ਕੇ ਸੁੱਚ ਦੇ ਵਿੱਚ ਜਿਹੜੇ ਸਪੇਅਰ ਸਵਿਚਸ ਹੈਗੇ ਆ ਮੇਰੇ ਕੋਲ ਉਹਦੇ ਵਿੱਚ ਆਪਾਂ ਜਾ ਕੇ ਅਤੇ ਵਾਇਰ ਰਨ ਕਰ ਦੇਣੀ। ਆਹ ਵਾਲੀਆਂ ਹੈਗੀਆਂ ਲਾਈਟਾਂ, ਕਾਫੀ ਬ੍ਰਾਈਟ ਹੁੰਦੀਆਂ ਇਹ, ਜਿਹਨਾਂ ਨੇ ਜਗਦੀਆਂ ਦੇਖੀਆਂ ਕਾਫੀ ਬ੍ਰਾਈਟ ਨੇ, ਟਰੱਕਸ ਵਾਲਿਆਂ ਦੀਆਂ ਹੈਗੀਆਂ, ਇਹਨਾਂ ਨੂੰ ਕਹਿੰਦੇ ਡਿਊਲ ਰੈਵੋਲਿਊਸ਼ਨਸ, ਅਤੇ ਦੋ ਕਲਰ ਦੀਆਂ ਹੋ ਜਾਂਦੀਆਂ ਇਹ ਲਾਈਟਾਂ ਨਾ, ਅਤੇ ਰੈੱਡ ਵੀ ਕਰ ਸਕਦੇ ਗ੍ਰੀਨ ਵੀ ਕਰ ਸਕਦੇ ਹਾਂ, ਵਧੀਆ ਹੁੰਦਾ। ਵਾਇਰਿੰਗ ਵੈਲੀ ਸਾਡੇ ਨੇ ਰਨ ਕਰਤੀ ਹੈਗੀ ਆ, ਆ ਤਾਰ ਜੀ ਤੁਸੀਂ ਦੇਖ ਲੈਂਦੇ ਹਾਂ ਵੀ ਇਹ ਤਾਰ ਜੀ ਬਾਹਰ ਨੂੰ ਕੱਢ ਲਈ ਆਪਾਂ ਪਿੱਛੋਂ ਦੀ ਕਰਕੇ, ਅਤੇ ਹੁਣ ਆਪਣਾ ਟੈਸਟ ਫਿਟਿੰਗ ਜੀ ਕਰ ਰਿਹਾ, ਦੇਖ ਰਹੇ ਹਾਂ ਵੀ ਆਹ ਜਿਹੜਾ ਜਗਾੜ ਜਿਹਾ ਜਿਹਦੇ ਵਿੱਚ ਬਲਬ ਫਿੱਟ ਹੁੰਦਾ ਆ ਇਹ ਉੱਪਰਲੇ ਪਾਸਿਓਂ ਐਡ ਕਰੀਏ ਥੱਲੇ ਨੂੰ ਕਿ ਥੱਲੜੇ ਪਾਸੇ ਐਡ ਕਰਨਾ ਪਊਗਾ ਨਾ, ਮਤਲਬ ਕਿ ਦੇਖ ਰਹੇ ਹਾਂ ਉਹ ਸੈਟਿੰਗ ਤਾਂ ਕਰਕੇ ਵੀ ਕਿੱਦਾਂ ਹੁੰਦੀ ਆ, ਅਤੇ ਮੈਂ ਤਾਂ ਸੋਚਦਾ ਵੀ ਉੱਤੋਂ ਹੀ ਕਰ ਹੋ ਜਾਵੇ ਛੇਕ ਜਿਹਾ ਕੱਢ ਕੇ ਥੱਲੇ ਨੂੰ ਵੀ ਜਿੱਥੇ ਬਲਬ ਫਿੱਟ ਹੁੰਦਾ ਉਹ ਵਾਲਾ ਥੱਲੇ ਆ ਜਾਵੇ, ਪਰ ਮੇ ਵੀ ਜਗ੍ਹਾ ਨਹੀਂ ਹੈਗੀ। ਆਹ ਬਲਬ ਹੈਗਾ ਆਪਣਾ ਲੈਂਸ ਆ, ਅਤੇ ਗਲਾਸ ਲੈਂਸ ਆ, ਗਲਾਸ ਲੈਂਸ ਜਿਹੜਾ ਆ ਉਹ ਹੀ ਫਲਾਵਰ ਜਿਹਾ ਬਣਾਉਂਦਾ ਹੈਗਾ ਆ, ਅਤੇ ਜਿਹੜੇ ਪਲਾਸਟਿਕ ਵਾਲੇ ਲੈਂਸ ਆ ਉਹ ਜਿੱਦਾਂ ਕਹਿ ਲਓ ਵੀ ਇੰਨਾ ਵਧੀਆ ਫੁੱਲ ਜਿਹਾ ਨਹੀਂ ਬਣਾਉਂਦੇ। ਹੋ ਗਿਆ ਮਟਰ ਤੂਤ ਦੇ ਓਲੇ, ਖਲ ਕੁਲਚੇ ਛੋਲੇ, ਇੱਕ ਪਾਸੇ ਦੀਆਂ ਲਾਈਟਾਂ ਪਾ ਤੀਆਂ ਬਿਜਲੀ ਨੇ, ਦੂਜੇ ਪਾਸੇ ਦੀਆਂ ਹੁਣ ਚੱਲ ਰਿਹਾ ਕੰਮ, ਬਣੀ ਗੱਲ ਮਾੜੀ ਮਾੜੀ। ਉਹ ਜਿਹੜਾ ਜੁਗਾੜ ਜਿਹਾ ਆ ਬਾਈ ਨੇ ਥੱਲੇ ਹੀ ਫਿੱਟ ਕੀਤਾ ਆ, ਬਲਬ ਹੋਲਡਰ ਜਿਹਾ ਜਿਹੜਾ ਆ ਹੁਣ ਛੇਕ ਜਿਹਾ ਕੱਢ ਕੇ ਤਾਰ ਲੰਘਾਊ ਬਾਈ ਇੱਥੋਂ ਦੀ, ਬਣੀ ਗੱਲ ਬਣੀ ਗੱਲ। ਬਾਈ ਦਾ ਸਰੀਰ ਥੋੜ੍ਹਾ ਭਾਰਾ ਮੇਰੇ ਵਾਂਗੂ ਤੰਗ ਹੋਇਆ, ਉਹ ਵੀ ਲਾਈਟਾਂ ਲਾਉਂਦਾ। ਇੱਥੇ ਬਾਈ ਜੀ ਹੁਣ ਸਾਨੂੰ ਅੱਜ ਜਾਦੂ ਦਾ ਖੇਲ ਦਿਖਾ ਰਹੇ ਆ, ਰਿਵਟਾਂ ਹੀ ਲਾਉਂਦਾ ਬਾਈ, ਡਰਿੱਲ ਕਰਕੇ ਆਪਣਾ ਫਿਰ ਰਿਵਟ ਜਿਹੜੀ ਹੈਗੀ ਆ ਉਹ ਜੁਗਾੜ ਕੇ ਨਾ ਲੱਗ ਜਾਂਦੀ ਆ। ਸਕਰੂ ਜਿਹੜਾ ਵੀ ਸਕਰੂ ਵੀ ਕਰ ਸਕਦੇ ਆਪਾਂ ਰਿਵਟਾਂ ਲੱਗ ਲਓ, ਉਹ ਵੀ ਕੰਮ ਸਹੀ ਆ। ਰਿਵਟਾਂ ਵਾਲਾ ਕੰਮ ਜਿਹੜਾ ਥੋੜ੍ਹਾ ਜਿਹਾ ਇੱਦਾਂ ਵੀ ਆਪਣਾ ਈਜ਼ੀ ਰਹਿੰਦਾ ਆ, ਜੇ ਤੁਸੀਂ ਮੁੜ ਕੇ ਕੱਢਣੀ ਆ ਵੀ ਆ ਡਰਿੱਲ ਕਰੋ, ਰਿਵਟ ਦੇ ਵਿੱਚ ਜਿਹੜੀ ਉਹ ਸੀਖ ਜੀ ਪੈਂਦੀ ਆ ਉਹ ਡਰਿੱਲ ਕਰੋ ਅਤੇ ਤੁਹਾਡੀ ਰਿਵਟ ਨਿਕਲ ਆਉਂਦੀ ਹੈਗੀ ਬਾਹਰ। ਸਕਰੂ ਵਾਲਾ ਕੰਮ ਕਈ ਵਾਰੀ ਕੀ ਹੁੰਦਾ ਵੀ ਆਪਣਾ ਸਕਰੂ ਜਿਹੜਾ ਉਹਦਾ ਮੂੰਹ ਖਰਾਬ ਹੋ ਜਾਂਦਾ, ਫਿਰ ਉਹ ਖੁੱਲ੍ਹਦਾ ਨਹੀਂ, ਫਿਰ ਤੁਹਾਨੂੰ ਪੱਟਣਾ ਪੈਂਦਾ ਨਾ, ਅਤੇ ਸਲੀਪਰ ਦੇ ਪੈ ਮਤਲਬ ਆਪਣਾ ਬਾਡੀ ਜਿਹੜੀ ਆ ਖਰਾਬ ਹੁੰਦੀ ਆ। ਓਕੇ ਸੋ ਜਿਹੜੀ ਆ ਵਾਈਟ ਤਾਰ ਆ ਯੈਲੋ ਨੂੰ ਕਨੈਕਟ ਕਰ ਰਹੀ ਆ, ਇਹ ਤਾਰ ਜਿਹੜੀ ਹੈਗੀ ਆ ਇਹ ਕਲਰ ਚੇਂਜ ਵਾਲੀ ਆ ਤਾਰ, ਬਾਕੀ ਜਿਹੜੀਆਂ ਤਿੰਨ ਉਹ ਹੋਲਡਰ ਆ ਉਹ ਤਾਂ ਤੁਹਾਨੂੰ ਪਤਾ ਹੀ ਰੈਗੂਲਰ ਹੋਲਡਰ ਆ, ਅਤੇ ਇਹ ਜਿਹੜੀਆਂ ਲਾਈਟਾਂ ਆ ਇਹ ਆਪਾਂ ਇੰਡੀਕੇਟਰ 'ਤੇ ਵੀ ਯੂਜ਼ ਕਰ ਸਕਦੇ ਹਾਂ, ਮਗਰ ਬ੍ਰੇਕ ਲਾਈਟ ਵਗੈਰਾ, ਪਰ ਹੁਣ ਇਸ ਵੇਲੇ ਆਪਾਂ ਨੇ ਇਹਨਾਂ ਨੂੰ ਬ੍ਰੇਕ ਲਾਈਟ 'ਤੇ ਯੂਜ਼ ਨਹੀਂ ਕਰਨਾ, ਇਹਨਾਂ ਨੂੰ ਸਿਰਫ ਸ਼ੋਅ ਵਾਸਤੇ ਰੱਖਣਾ, ਅਤੇ ਆਪਣਾ ਬ੍ਰਾਈਟੈਸਟ ਜਿਹੜਾ ਪੁਆਇੰਟ ਹੈਗਾ ਉੱਤੇ ਰਨ ਕਰਨੀ ਹੈਗੀ ਆਪਾਂ ਇਹ। ਇੱਧਰ ਵੀ ਬਾਈ ਸਾਡਾ ਮੋਰਲਾ ਵੀ ਹੌਲੀ ਹੌਲੀ ਲੱਗਾ, ਚਲੋ ਕੋਈ ਨਹੀਂ ਟਾਈਮ ਤਾਂ ਲੱਗੂਗਾ ਜੀ। ਇੱਕ ਸਾਈਡ ਵਾਲਾ ਬਲਬ ਪੈ ਗਿਆ, ਮੈਨੂੰ ਇੰਨਾ ਇੰਨਾ ਨਹੀਂ ਪਤਾ ਵੀ ਸੋਚ ਨੂੰ ਰਨ ਕਰਤੀ ਆ ਵਾਇਰ ਕਿ ਨਹੀਂ,
ਮੇ ਵੀ ਆ ਦੋਨੇ ਲਾਈਟਾਂ ਉੱਪਰਲੀਆਂ ਲਾ ਕੇ ਤਾਂ ਫਿਰ ਸਵਿੱਚ ਨੂੰ ਰਨ ਕਰੂਗਾ ਬਾਈ ਬਾਹਰ। ਅਤੇ ਇੱਕ ਆਪਣੇ ਦੋ ਲਾਉਣੀਆਂ ਸੀਗੀਆਂ ਪਹਿਲਾਂ ਪੈਰਾਂ ਦੇ ਵਿੱਚ, ਪਰ ਹੁਣ ਮੈਂ ਸੋਚਿਆ ਇੱਕੋ ਹੀ ਲਾ ਲੈਂਦੇ ਹਾਂ, ਦੋ ਕੀ ਲਾਉਣੀਆਂ ਅਤੇ ਪੈਰਾਂ ਦੇ ਵਿੱਚ ਇੱਕ ਹੀ ਲੱਗੂਗੀ। ਆਹ ਜਿਹੜਾ ਹੁਣ ਡਰਿੱਲ ਜਿਹਾ ਕਰਨਾ ਇਹਨੇ ਬਾਈ ਨੇ, ਹੋ ਜਿਹਾ ਇਹ ਵਾਇਰ ਰਨ ਕਰਨ ਲਈ ਡਰਿੱਲ ਕਰਨਾ ਹੈਗਾ। ਮੈਂ ਕਿਹਾ ਚੱਲ ਟਰੱਕ ਦੀ ਵੀ ਮਾੜੀ ਜਿਹੀ ਵੀਡੀਓ ਹੋ ਜਾਵੇ ਬਾਹਰੋਂ ਬਾਹਰ, ਧੁੱਪ ਚੰਗੀ ਨਿਕਲੀ ਵਾ। ਮੱਛਰ ਕਿੱਦਾਂ ਮਰੇ ਹੋਏ ਵਾਈਜ਼ਰ ਦੇ, ਮੱਛਰ ਨਹੀਂ ਲੈਂਦਾ ਸਾਡਾ ਜਿੰਨਾ ਚਿਰ ਧਵਾਓ ਨਾ, ਉਨਾ ਚਿਰ ਮੱਛਰ ਨਹੀਂ ਲੈਂਦਾ, ਮੀਂਹ ਮੂੰਹ ਨਾ ਵੀ ਨਹੀਂ ਲੈਂਦਾ। ਤਾਂ ਇੱਧਰਲੀ ਲਾਈਟ ਲੱਗ ਗਈ ਆ, ਧੁੱਪ ਵਾਲੀ ਲੱਗੀ ਜਾਂਦੀ ਆ, ਗਰਮੀ ਹੋ ਗਈ ਅੱਜ। ਮੈਂ ਆਹ ਦਰਖਤ ਜਿਹੇ ਦੀ ਸ਼ਾਮੀ ਆ ਖੜ ਗਿਆ, ਮਾੜੀ ਜਿਹੀ ਛਾਂ ਹੈਗੀ ਸੀ ਇੱਥੇ, ਮੈਂ ਕਿਹਾ ਚਲੋ ਸ਼ਾਮੀ ਜਾ ਖੜਦੇ ਹਾਂ। ਉਹਨਾਂ ਨੇ ਤਾਂ ਬਾਈ ਨੇ ਲਾਈਟਾਂ ਲਾਈ ਜਾਣੀਆਂ, ਅਗਲਿਆਂ ਤਾਂ ਕੰਮ ਆ, ਮਗਰ ਲਾਈਟਾਂ ਮੈਨੂੰ ਲੱਗਦਾ ਪਾਤੀਆਂ ਬਾਈ ਨੇ, ਹੁਣ ਵਾਇਰਿੰਗ ਜੀ ਕਰਨੀ ਆ, ਤਾਂ ਹੀ ਅੱਜ ਗਾਰ ਜਿਹਾ ਖੋਲ੍ਹੀ ਫਿਰਦਾ ਮਗਰੋਂ। ਬਾਕੀ ਦੇਖੋ ਕੀ ਕਰਦਾ। ਬੰਦਾ ਤਾਂ ਬਾਈ ਸਲੀਪਰ ਦੇ ਥੱਲੇ ਹੀ ਵੜ ਗਿਆ ਹੋਏ। ਵਾਇਰਿੰਗ ਕਹਿੰਦਾ ਮੈਂ ਤਾਂ ਕੰਮ ਕਹਿੰਦਾ ਪ੍ਰੋਫੈਸ਼ਨਲ ਕਰੂੰ, ਕਹਿੰਦਾ ਮੈਂ ਦੁੱਕੀ ਤਿੱਕੀ ਕੰਮ ਨਹੀਂ ਕਰਨਾ, ਕਹਿੰਦਾ ਡੰਬਲ ਜੇ ਮੇਰੇ ਚੱਕ ਕੇ ਨਹੀਂ ਬਾਹਰ ਸੜਦੇ ਆ। ਹਾਲਾ ਆਪਣਾ ਤਾਂ ਕਈ ਵਾਰੀ ਭੈਣ ਹੱਥ ਪਾਉਣਾ ਹੋਵੇ ਇਹਦੇ ਵਿੱਚ, ਮਗਰ ਤਾਕੀ ਜੀ ਜੇ ਉਹ ਨਹੀਂ ਪਹੁੰਚਦਾ ਗਾਹਾਂ ਤਾਂ ਇਹ ਬਾਈ ਪੂਰੇ ਦਾ ਪੂਰਾ ਆਪੂ ਹੀ ਵੜ ਗਿਆ ਅੰਦਰ। ਅੱਗੇ ਵੀ ਸਿਰਾ ਕਰਾ ਦਿੰਦੇ ਬਾਬੇ, ਪਰਲੇ ਪਾਸੇ ਵੀ ਇੱਕ ਪੀੜ ਖੜਾ, ਉਹ ਵੀ ਲਾਈਟਾਂ ਹੀ ਲਵਾਉਣ ਆਇਆ ਬਾਈ, ਉਹਦੀ ਵਾਰੀ ਹੁਣ ਮੇਰੇ ਤੋਂ ਬਾਅਦ 'ਚ ਆਊਗੀ। ਉਹ 386 ਆ, ਬਿਨਾਂ ਹੋਡ ਵਾਲਾ, ਛੋਟੀ ਹੋਡ ਵਾਲਾ ਕਹਿ ਸਕਦੇ ਹਾਂ ਉਹਨੂੰ ਆਪਾਂ, ਮਗਰ ਲਾਈਟਾਂ ਪੈ ਗਈਆਂ। ਵਾਇਰ ਰਨ ਕਰਨ ਕਿਹੜਾ ਸੌਖੀ ਆ, ਆਹ ਸਾਰਾ ਡੈਸ਼ ਪੱਟਿਆ ਪਿਆ ਬਾਈ ਨੇ। ਲੱਗਾ ਬਾਈ ਹੌਲੀ ਹੌਲੀ ਉੱਪਰਲੀਆਂ ਲਾਈਟਾਂ ਲਾਤੀਆਂ ਬਾਈ ਨੇ, ਅਤੇ ਹੁਣ ਤਲੜੀਆਂ ਲਾਈਟਾਂ ਦੀ ਵਾਰੀ ਆ ਗਈ, ਤਲੜੀਆਂ ਲਾਈਟਾਂ ਕਹਿਤਾ, ਤਲੜੀ ਲਾਈਟ ਦੀ ਵਾਰੀ ਆ ਗਈ, ਉੱਪਰਲੀਆਂ ਦੋਨੇ ਫਿੱਟ ਹੋ ਗਈਆਂ। ਆ ਸਨਵਾਈਜ਼ਰ ਜਿਹੜੇ ਮੈਂ ਲਾਤੇ ਆ, ਮੈਂ ਕਹਿੰਦਾ ਕੀ ਲੋੜ ਆ, ਆ ਪਾਇਆ ਬਾਬੇ ਰਾਕਵੁੱਡ ਦਾ ਸਮਾਨ, ਜਿਹੜਾ ਰਾਕਵੁੱਡ ਦਾ ਸਮਾਨ ਆ ਪੀਟਰ ਬੈਲਟ ਵਾਸਤੇ, ਸਭ ਤੋਂ ਮਹਿੰਗਾ ਸਮਾਨ ਆ ਉਹ ਔਨ ਦਾ ਮਾਰਕੀਟ ਅਵੇਲੇਬਲ ਜਿਹੜਾ ਆ। ਆਪਣਾ ਜਿੱਦਾਂ ਸੋਚੇ ਜਾਂਦੇ ਆ ਗੇਜਾਂ ਆਉਂਦੀਆਂ ਹੈਗੀਆਂ ਨਾ, ਗੇਜ ਕਵਰ ਜਿਹੜੇ ਮੇਰੇ ਪਾਏ ਹੋਏ ਹੈਗੇ ਆ, ਇਹਨਾਂ ਨੂੰ ਕਹਿੰਦੇ ਆ ਵਿਕਡ ਵਿਕਡ ਸਮਥਿੰਗ ਕਹਿੰਦੇ ਇਹਨਾਂ ਨੂੰ, ਇਹ ਵੀ ਥੋੜ੍ਹੇ ਜਿਹੇ ਐਕਸਪੈਂਸਿਵ ਆ। ਮੈਂ ਨਾ ਇੱਕ ਵੀਡੀਓ 'ਚ ਕਿਹਾ ਸੀਗਾ ਵੀ ਭਾਵੇਂ ਤੁਹਾਡਾ ਟਰੱਕ ਬ੍ਰੈਂਡ ਨਿਊ ਕਿਉਂ ਨਾ ਹੋਵੇ, ਹੁੱਡ ਪੱਟਣੀ ਬਹੁਤ ਜ਼ਰੂਰੀ ਹੈ, ਇੱਕ ਅੱਧਾ ਦਿਨ ਛੱਡ ਕੇ ਦੋ ਦਿਨ ਛੱਡ ਕੇ। ਹੁਣ ਇਹਨੀ ਹੁੱਡ ਖੋਲ੍ਹੀ ਆ, ਅਤੇ ਰੱਬ ਤਾਂ ਡੱਪਲਾ ਕਰੇ, ਆਹ ਮੇਰੇ ਵਾਲੇ ਟਰੱਕ ਦਾ ਨਾ ਕੂਲੈਂਟ ਲੀਕ ਕਰਨ ਡਿਆ, ਆਹ ਵਾਲਾ ਨੀਲਾ ਪਾਈਪ ਜਿਹੜਾ ਆ ਇਹ ਹੁਣ ਪਤਾ ਨਹੀਂ ਪਾਈਪ ਲੀਕ ਆ ਜਾਂ ਢਿੱਲਾ ਆ ਜਾਂ ਕਲਬ ਥੱਲੇ ਜਿਹੜੀ ਗੈਸ ਕੱਟਿਆ ਉਹ ਲੀਕ ਆ, ਪਰ ਜੋ ਵੀ ਲੀਕ ਆ ਮਤਲਬ ਕਿ ਕੂਲੈਂਟ ਆਪਣੇ ਵਾਲੇ ਟਰੱਕ ਦਾ ਲੀਕ ਕਰ ਰਿਹਾ, ਅਤੇ ਆਹ ਐਨ ਲੱਗਣ ਡਿਆ ਜਿੱਦਾਂ ਇੰਡੀਆ 'ਚ ਉਹ ਪਬਲਿਕ ਬਾਥਰੂਮਾਂ ਦੇ ਵਿੱਚ ਨਹੀਂ ਗੰਦ ਜਿਵੇਂ ਆਉਂਦਾ, ਉੱਦਾਂ ਦਾ ਜਗਾੜ ਬਣਿਆ ਪਿਆ। ਆਹ ਫਲੈਕਸ ਆਪਣਾ ਬੈਲੋ ਜਿਹੀ ਆ ਜਿਹੜੀ ਉਹ ਵੀ ਗੰਦੀ ਹੋਈ ਪਈ ਆ। ਬੈਲੀ ਮੈਨੂੰ ਕਹਿੰਦਾ ਵੀ ਮਗਰ ਆ ਕੇ ਦੇਖ ਲਾ ਵੀ ਟੈਸਟ ਰਨ ਜਿਹਾ ਕਰਨ ਲੱਗਾ, ਆ ਚੱਲ ਪਈਆਂ ਹਰੀਆਂ ਅਤੇ ਆ ਚੱਲ ਪਈਆਂ ਲਾਲ, ਇਹ ਕਰਤਾ ਹੈਗਾ ਇਸਨੇ ਜਾਦੂ ਕਾ ਕਮਾਲ, ਕੋਈ ਮਿਲ ਗਿਆ ਵਾਲਾ ਜਾਦੂ ਹੀ ਆ ਹੈ ਲਾਈਟਾਂ ਦੇ ਵਿੱਚ, ਠੰਮ ਠਾਮ ਹੀ ਹੋਇਆ ਟਰੱਕ ਦਾ, ਬੜਾ ਸੋਹਣਾ ਹੀ ਬੜਾ ਲੱਗਦਾ।
ਬੱਬੂ ਮਾਨ ਵਾਲਾ ਗਾਣਾ ਗਾਉਣਾ ਪੈਣਾ ਹਲੇ ਤੈਨੂੰ ਦੇਖ ਦੇਖ ਕੇ ਨੀ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ ਟਰੱਕ ਤਾਂ ਲੱਖਾਂ ਨੇ ਚੰਦਰਾ ਦਿਲ ਤੇਰੇ ਤੇ ਮਰਦਾ ਆਹ ਮਾਰੀਆਂ ਅੱਖਾਂ ਕਿ ਨਹੀਂ ਉਹ ਬੱਲੇ ਬੱਲੇ ਮਗਰ ਤਾਂ ਚੰਗਿਆੜੀ ਕੱਢ ਤੇ ਲਾਈਟ ਨਹੀਂ ਯਾਰ ਆਹ ਨਵੀਆਂ ਲਾਈਟਾਂ ਐਡ ਕਰਵਾਈਆਂ ਮਗਰ ਹਾਂ ਤਾਂ ਲੱਗਦੀਆਂ ਦੂਰੋਂ ਗੁਲਾਬੀ ਰੰਗ ਦੀਆਂ ਪਰ ਇਹ ਗੁਲਾਬੀ ਹੈ ਨਹੀਂ ਹੈਗੀਆਂ ਰੈੱਡ ਆ ਹਾਲੇ ਇੱਥੇ ਜਿੱਦਾਂ ਲਾਈਟ ਵੀ ਘੱਟ ਹਨੇਰਾ ਘੱਟ ਆ ਉੱਤੋਂ ਲਾਈਟ ਜੀ ਪੈਣ ਡਈ ਆ ਅੱਛਾ ਇਹ ਗੱਲ ਹੋਰ ਨੋਟ ਕੀਤੀ ਮੈਂ ਕਹਿੰਦਾ ਹੁੰਦਾ ਵੀ ਪੀਟਰ ਬੈਲਟ ਜਿਹੜੇ ਆ ਪੀਟਰ ਬੈਲਟਾਂ ਨਾਲ ਖੜਾ ਕੇ ਖੁਸ਼ ਆ ਮੇਰਾ ਟਰੱਕ ਇੱਥੇ ਪਹਿਲਾਂ ਹੀ ਖੜਾ ਸੀਗਾ ਨਾ ਟਰਾਲਾ ਵੀ ਖੜਾ ਕੀਤਾ ਸੀਗਾ ਅਤੇ ਮੈਂ ਟਰੱਕ ਖੜਾ ਕੇ ਘਰ ਨੂੰ ਚਲਾ ਗਿਆ ਇੱਧਰ ਬਈਆ ਨਾਲ ਮੇਰੇ ਫਲੈਟ ਟਾਪ ਜਿਹਾ ਲਿਆ ਕੇ ਲਾ ਗਿਆ ਪੀਟਰ ਬੈਲਟਾਂ ਨੂੰ ਚਲੋ ਇਹ ਤਾਂ ਉਹ ਡਿਫਰੈਂਟ ਗੱਲ ਆ ਕਿਉਂਕਿ ਪਤਾ ਚੱਕਰ ਕੀ ਹੈ ਯਾਰ ਲੋਕ ਟਰਾਈ ਕਰਦੇ ਵੀ ਨਾਲ ਖੜ ਜਾਵੇ ਬੰਦਾ ਹੈ ਨਾ ਕਿਉਂਕਿ ਤੁਹਾਨੂੰ ਪਤਾ ਵੀ ਤੁਹਾਡਾ ਟਰੱਕ ਸੇਫ ਜਿਹਾ ਰਹਿੰਦਾ ਹੁਣ ਆਪਾਂ ਅੰਦਰਲੀਆਂ ਲਾਈਟਾਂ ਦੇਖੀਏ ਕਿ ਪਹਿਲਾਂ ਮੈਂ ਤੁਹਾਨੂੰ ਹਰੀਆਂ ਲਾਈਟਾਂ ਜਗਾ ਕੇ ਦਿਖਾਵਾਂ ਲੈਟ ਬੰਦ ਕਰ ਲੈਂਦੇ ਹਾਂ ਅਤੇ ਫੇਰ ਉਬਲੇ ਹਰੀਆਂ ਲਾਈਟਾਂ ਮੈਂ ਕਹਿੰਦਾ ਯਾਰ ਯਾਰ ਲਾਈਟ ਜੀ ਕਰਨ ਡੀ ਆ ਰੈੱਡ ਨਾਲੋਂ ਯਪ ਪਰ ਮੈਂ ਲਾ ਲਿਆ ਇੱਕ ਹਿਸਾਬ ਵੀ ਮੈਨੂੰ ਉੱਪਰਲੇ ਪਾਸੇ ਸਲੀਪਰ ਦੇ ਨਾ ਮਗਰਲੇ ਪਾਸੇ ਤਾਂ ਨੂੰ ਉੱਥੇ ਵੀ ਲਾਈਟਾਂ ਐਡ ਕਰਵਾਉਣੀਆਂ ਪੈਣੀਆਂ ਕਹਿੰਦੇ ਰੀਫਰ ਦੇ ਉੱਪਰਲੇ ਪਾਸੇ ਤਾਂ ਲਾ ਕੇ ਪੈਂਦੀ ਹੀ ਨਹੀਂ ਜਦੋਂ ਰੀਫਰ ਦੇ ਉੱਪਰਲੇ ਪਾਸੇ ਲਾਈਟ ਪਊਗੀ ਫੇਰ ਹੀ ਤਾਂ ਫਾਇਦਾ ਹੋਣਾ ਆ ਜਦੋਂ ਮੂਹਰੇ ਰੀਫਰ ਚਮਕਦਾ ਦਿਸੂਗਾ ਨਾ ਫੇਰ ਹੀ ਗੱਲ ਬਣਨੀ ਆ ਹੁਣ ਆਪਾਂ ਅੰਦਰ ਬਹਿ ਕੇ ਆਹ ਹੋਰਨ ਕੌਣ ਮਰ ਜਾਂਦਾ ਯਾਰ ਦੋ ਲਾਈਟਾਂ ਕਰਾਉਂਦੇ ਐਡ ਹੋਰ ਲੋਡ ਬਾਈਲੀਓ ਮੈਂ ਲੈ ਜਾ ਕੇ ਅਤੇ ਹੁਣ ਮੈਂ ਮੁੜ ਕੇ ਯਾਰ ਜਾ ਮੈਂ ਕਿਹਾ ਚੱਲ ਇੱਕ ਵਾਰੀ ਫੇਰ ਦੁਬਾਰਾ ਬਾਹਰ ਨਿਕਲੇ ਮੜੀ ਵੀਡੀਓ ਜੀ ਬਣਾ ਲੈਂਦੇ ਹਾਂ ਲਾਈਟਾਂ ਯਾਰ ਰਾਤ ਨੂੰ ਹਨੇਰੇ ਹੋਏ ਨਾ ਮੈਂ ਤਾਂ ਬਣਾਈ ਨਹੀਂ ਗਈ ਰੋਡ 'ਤੇ ਕਿਉਂਕਿ ਵਾਈਫਾਈ 'ਤੇ ਤੁਹਾਨੂੰ ਪਤਾ ਟ੍ਰੈਫਿਕ ਬਹੁਤ ਜ਼ਿਆਦਾ ਆ ਅਤੇ ਪਰ ਜਿੱਥੇ ਕਿ ਲਾਈਟਾਂ ਲੂਟਾਂ ਜਿਹੀਆਂ ਹੈ ਨਹੀਂ ਸੀ ਹਨੇਰਾ ਸੀ ਉੱਥੇ ਤਾਂ ਬਾਬੇ ਮਤਲਬ ਦੇਣੀ ਚੜ੍ਹੀ ਜਾਣ ਡੀਆਂ ਸੀ ਮਗਰਲੀਆਂ ਲਾਈਟਾਂ ਤਾਂ ਹੈ ਨਾ ਅਤੇ ਇੱਕ ਵਾਰ ਜਗਾਈਏ ਹੁਣ ਅੰਦਰਲੀਆਂ ਲਾਈਟਾਂ ਅਤੇ ਕਰੀਏ ਚਲੀਏ ਘਰ ਨੂੰ ਕਿਉਂਕਿ 4 ਵੱਜ ਗਏ ਤੜਕੇ ਦੇ ਮਨ ਕੀ ਗੱਲ ਮਾੜੀ ਮਾੜੀ ਹੁਣ ਹਨੇਰਾ ਜਿਹਾ ਥੋੜ੍ਹਾ ਜ਼ਿਆਦਾ ਜਿਹਾ ਤਾਂ ਪਤਾ ਲੱਗਦਾ ਵੀ ਲਾਈਟਾਂ ਕਾਫੀ ਤੇਜ਼ ਨੇ ਅਤੇ ਚਲੋ ਫਿਰ ਚੰਗਾ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਤਾਂ ਕਰ ਲਿਓ ਸਬਸਕ੍ਰਾਈਬ ਆਪਣੇ ਚੈਨਲ ਨਾਲੇ ਕਰ ਦਿਓ ਸ਼ੇਅਰ ਸ਼ੋਰ ਜਿਹਾ ਅਤੇ ਬਾਕੀ ਜੇ ਕਿਸੇ ਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਜ਼ਰੂਰ ਦੱਸਿਓ